दोस्तों साढ़े सैक्शन तंदुरुस्ती दे विच अज साढ़े नाल ने डॉक्टर बलदीप। डॉक्टर साहब अज असीं गल करांगे ग्रोथ हारमोन बारे। सब तो पहले सानू ए दसो कि ग्रोथ हारमोन हुंदा की है। हारमोन एक बॉडी विच सिक्रीशन है जिहड़ी बॉडी दे डिफरेंट फंक्शंस नू कंट्रोल करदी है। बॉडी विच कई डिफरेंट किस्म दे हारमोन हुंदे हन। ग्रोथ हारमोन उहनां विच इक टाइप ऑफ हारमोन है जिहड़ा अपने नाम तो ही सुजेस्ट करदा है बॉडी दी फिजिकल ग्रोथ कंट्रोल करदा है। ਇਹਦਾ ਕੰਸਰਨ ਬੋਡੀ ਦੀ ਫਿਜ਼ੀਕਲ ਗਰੋਥ ਨਾਲ ਹੈ, ਨਾਟ ਵਿਦ ਦਾ ਮੈਂਟਲ ਗਰੋਥ ਆਫ ਦਾ ਬੋਡੀ। ਅੱਛਾ, ਕਈ ਵਾਰ ਪੇਰੈਂਟਸ ਆਉਂਦੇ ਨੇ ਅਤੇ ਕਹਿੰਦੇ ਨੇ ਕਿ ਉਹਨਾਂ ਦਾ ਬੱਚਾ ਜਿਹੜਾ ਹੈਗਾ ਬੜਾ ਸ਼ੋਰਟ ਹਾਈਟਿਡ ਹੈਗਾ, ਅਤੇ ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਦੇਖੋ, ਇਹ ਬਹੁਤ ਕਾਮਨ ਸਵਾਲ ਹੈ, ਅਸੀਂ ਰੋਜ਼ ਹਸਪਿਟਲ ਵਿੱਚ ਫੇਸ ਕਰਦੇ ਹਾਂ। ਮਾਂ ਬਾਪ ਆ ਕੇ ਪੁੱਛਦੇ ਨੇ ਕਿ ਸਾਡਾ ਬੱਚਾ ਦੀ ਹਾਈਟ ਬਾਕੀ ਘਰ ਦੇ ਰਿਸ਼ਤੇਦਾਰਾਂ ਦੇ ਬੱਚਿਆਂ ਨਾਲੋਂ ਜਾਂ ਆਪਣੀ ਕਲਾਸ ਦੇ ਫਰੈਂਡਸ ਨਾਲੋਂ ਛੋਟੀ ਲੱਗਦੀ। ਦੇਖੋ, ਇਹਦੇ ਵਿੱਚ ਇਸ ਤਰ੍ਹਾਂ ਇੱਕ ਸਟੈਂਡਰਡ ਰਿਕਮੈਂਡੇਸ਼ਨ ਨੇ, ਇਹਨਾਂ ਦੇ ਗਰੋਥ ਚਾਰਟਸ ਮਿਲਦੇ ਨੇ, ਉਹ ਪਲੋਟ ਕਰਨੇ ਚਾਹੀਦੇ। ਜਿਹੜੇ ਬੱਚਿਆਂ ਦੀ ਹਾਈਟ 5th percentile ਤੋਂ ਘੱਟ ਹੈ, ਇੱਕ ਗ੍ਰਾਫ ਹੁੰਦਾ ਜਿਹਦੇ ਵਿੱਚ ਅਸੀਂ ਪਲੋਟ ਕਰਕੇ ਦੇਖਿਆ ਜਾਂਦਾ, ਜਿਨ੍ਹਾਂ ਬੱਚਿਆਂ ਦੀ ਗਰੋਥ 5th percentile ਤੋਂ ਘੱਟ ਹੈ ਉਹਨਾਂ ਨੂੰ ਅਸੀਂ ਸ਼ੋਰਟ ਸਟੇਚਰ ਨਾਮ ਦੇ ਨਾਲ ਲੇਬਲ ਕੀਤਾ ਜਾਂਦਾ। ਹੁਣ ਉਦੋਂ ਅੱਗੋਂ ਡਿਫਰੈਂਟ ਰੀਜ਼ਨਸ ਨੇ। ਸ਼ੋਰਟ ਸਟੇਚਰ ਦਾ ਕਾਰਨ ਗਰੋਥ ਹਾਰਮੋਨ ਡੈਫੀਸ਼ੀਐਂਸੀ ਵੀ ਹੋ ਸਕਦਾ, ਇਹਦਾ ਕਾਰਨ ਕੌਨਸਟੀਟਿਊਸ਼ਨਲ ਵੀ ਹੋ ਸਕਦਾ। ਕੌਨਸਟੀਟਿਊਸ਼ਨਲ ਦਾ ਮਤਲਬ ਜੇ ਮਾਂ ਬਾਪ ਦੀ ਸ਼ੋਰਟ ਹਾਈਟ ਬਹੁਤ ਸ਼ੋਰਟ ਹੋ, ਜੈਨੇਟਿਕ ਹੋ ਸਕਦਾ। ਐਂਡ ਇਹਦਾ ਕਈ ਵਾਰੀ ਕੁਛ ਕਾਰਨ, ਕੁਛ ਅੰਡਰਲਾਈਂਗ ਬਿਮਾਰੀਆਂ ਹੁੰਦੀਆਂ ਨੇ, ਜਿਸ ਤਰ੍ਹਾਂ ਕਿਸੇ ਬੱਚਿਆਂ ਨੂੰ ਕਿਡਨੀ ਦੀ ਡਿਜ਼ੀਜ਼ ਹੁੰਦੀ ਹੈ ਜਾਂ ਕਈ ਵਾਰੀ ਕੋਈ ਡਾਇਟਰੀ ਰੀਜ਼ਨਸ ਹੁੰਦੇ ਨੇ, ਉਹਨਾਂ ਕਰਕੇ ਵੀ ਹਾਈਟ ਸ਼ੋਰਟ ਹੋ ਸਕਦੀ ਹੈ। ਇੱਕ ਵਾਰੀ ਗ੍ਰਾਫ ਪਲੋਟ ਕਰਕੇ ਜਿਹੜੇ ਸਸਪੈਕਟ ਹੁੰਦੇ ਨੇ ਉਹਨਾਂ ਦੇ ਅੱਗੋਂ ਫਰਦਰ ਟੈਸਟ ਕੀਤੇ ਜਾਂਦੇ। ਪਰ ਅਗਰ ਬੱਚੇ ਦੀ ਹਾਈਟ 5th percentile ਦੇ ਉੱਤੇ ਹੈ ਤਾਂ ਸਿਰਫ ਪੇਰੈਂਟਸ ਨੂੰ ਰੀਅਸ਼ੋਰ ਹੀ ਕੀਤਾ ਜਾਂਦਾ ਹੈ ਕਿ ਇਹ ਵਿਦ ਇਨ ਨੋਰਮਲ ਰੇਂਜ ਹੈ। ਹਰ ਬੰਦੇ ਦੀ ਹਾਈਟ ਬਰਾਬਰ ਨਹੀਂ ਹੋ ਸਕਦੀ, ਕੁਛ ਚੀਜ਼ਾਂ ਕੌਨਸਟੀਟਿਊਸ਼ਨਲ ਨੇ, ਉਹਨਾਂ ਦੇ ਵਿੱਚ ਗਰੋਥ ਹਾਰਮੋਨ ਦੀ ਥੈਰੇਪੀ ਦਾ ਕੋਈ ਰੋਲ ਨਹੀਂ ਹੈ। ਅੱਛਾ ਡਾਕਟਰ ਸਾਹਿਬ, ਕਿਸੇ ਬੱਚੇ ਨੂੰ ਜੇਕਰ ਗਰੋਥ ਹਾਰਮੋਨ ਦੀ ਪ੍ਰੋਬਲਮ ਹੈਗੀ ਹੈ ਤਾਂ ਉਸਨੂੰ ਅਸੀਂ ਕਿਸ ਤਰ੍ਹਾਂ ਦੇ ਨਾਲ ਟ੍ਰੀਟ ਕਰ ਸਕਦੇ ਹਾਂ? ਦੇਖੋ, ਅੱਜ ਦੀ ਡੇਟ ਵਿੱਚ ਪਹਿਲੇ ਤਾਂ ਉਹਨਾਂ ਦੇ ਗਰੋਥ ਹਾਰਮੋਨ ਦੇ ਟੈਸਟ ਹੁੰਦੇ ਨੇ ਲੈਵਲਸ ਵਿੱਚ, ਉਹਦਾ ਬਲੱਡ ਟੈਸਟ ਹੁੰਦਾ ਹੈ, ਉਹਦੇ ਵਿੱਚ ਅਸੀਂ ਹਿਊਮਨ ਗਰੋਥ ਹਾਰਮੋਨ ਲੈਵਲਸ ਅਸੈਸ ਕਰਦੇ ਹਾਂ, ਉਹਨਾਂ ਦੇ ਡਿਫਰੈਂਟ ਚਾਰਟਸ ਪਲੋਟ ਕਰਦੇ ਹਾਂ। ਉਹਦੇ 'ਚ ਇਹ ਦੇਖਿਆ ਜਾਂਦਾ ਜਿਸ ਲੀਨੀਅਰ ਗਰੋਥ, ਮਤਲਬ ਕਰਵ ਆਫ ਗਰੋਥ ਕੀ ਹੈ, ਨੋਟ ਦੈਟ ਵਨ ਪਰਟੀਕੁਲਰ ਰੀਡਿੰਗ। ਜੀ ਅੱਜ ਪੇਸ਼ੈਂਟ ਸਪੋਜ਼ ਮੇਰੇ ਕੋਲ ਓਪੀਡੀ 'ਚ ਆ ਰਿਹਾ, ਉਹ 5 ਸਾਲ ਦਾ ਹੈ, ਉਹਦੀ ਹਾਈਟ ਛੋਟੀ ਹੈ ਅਤੇ ਮੈਂ ਉਹਨੂੰ ਪਹਿਲੇ ਦਿਨ ਹੀ ਗਰੋਥ ਹਾਰਮੋਨ ਸਟਾਰਟ ਕਰਦਾ? ਨੋ, ਨੋਟ ਲਾਈਕ ਦੈਟ। ਤੁਸੀਂ ਉਹਦੀ ਵਿਲੋਸਿਟੀ ਦੇਖਿਓ ਕਿ ਇੱਕ ਬੱਚਾ ਹੈ, ਉਹਨੂੰ ਇੰਨੀ ਉਮਰ 'ਚ ਇੰਨਾ ਵਧਣਾ ਚਾਹੀਦਾ, ਉਹਦੀ ਉਹ ਰੇਟ ਆਫ ਗਰੋਥ ਉਨਾ ਹੈ ਜਾਂ ਘੱਟ ਹੈ? ਅਗਰ ਉਹਦਾ ਰੇਟ ਆਫ ਗਰੋਥ ਸਲੋ ਹੈ ਥੋੜ੍ਹਾ, ਪਰ ਰੇਟ ਆਫ ਹੋ ਰਹੀ ਹੈ ਗਰੋਥ, ਉਹਨਾਂ ਪੇਸ਼ੈਂਟਸ ਵਿੱਚ ਗਰੋਥ ਹਾਰਮੋਨਸ ਦਾ ਕੋਈ ਬਹੁਤ ਰੋਲ ਨਹੀਂ ਹੈ। ਅਗਰ ਰਿਪੋਰਟਸ ਵਿੱਚ, ਬਲੱਡ ਟੈਸਟ ਵਿੱਚ ਗਰੋਥ ਹਾਰਮੋਨ ਲੈਵਲ ਸਲੋ ਆਉਂਦੇ ਨੇ, ਉਹਨਾਂ ਵਿੱਚ ਕੰਸਿਡਰ ਕੀਤਾ ਜਾਂਦਾ। ਬਟ ਇੱਕ ਗੱਲ ਮੈਂ ਤੁਹਾਨੂੰ ਫਿਰ ਦੱਸਣਾ ਚਾਹਾਂਗਾ, ਹਾਲੇ ਤੱਕ USFDA, ਜਿਹੜੀ ਡਾਕਟਰ ਦੀ ਸਭ ਤੋਂ ਵੱਡੀ ਸੰਸਥਾ ਹੈ ਅਮੈਰੀਕਾ ਵਿੱਚ, ਫੂਡ ਐਂਡ ਡਰੱਗ ਅਥਾਰਿਟੀ ਕਹਿੰਦੇ ਆ, ਉਹਨੇ ਇਸ ਕੰਡੀਸ਼ਨ ਵਿੱਚ ਗਰੋਥ ਹਾਰਮੋਨ ਦਾ ਇੰਜੈਕਸ਼ਨ ਰਿਕਮੈਂਡ ਨਹੀਂ ਕੀਤਾ। ਇਟ ਹੈਜ਼ ਨੋਟ ਬੀਨ ਪ੍ਰੂਵਨ ਵੈਰੀ ਸੇਫ ਫੋਰ ਸ਼ੋਰਟ ਸਟੇਚਰ ਬਿਕੋਜ਼ ਆਫ ਗਰੋਥ ਹਾਰਮੋਨ ਡੈਫੀਸ਼ੀਐਂਸੀ, ਇਟ ਇਜ਼ ਸਟਿਲ ਅੰਡਰ ਟ੍ਰਾਇਲ। ਗਰੋਥ ਹਾਰਮੋਨ ਦਾ ਕੰਡੀਸ਼ਨ, ਕੁਛ ਲੋਕ, ਮੈਂ ਤੁਹਾਨੂੰ ਇੰਟਰਸਟਿੰਗ ਗੱਲ ਦੱਸਾਂ, ਆਪਾਂ ਸਰਕਸ ਬੋਣੇ ਦੇਖੇ, ਬਹੁਤ ਖੁਸ਼ ਹੁੰਦੇ ਹਾਂ ਜਦੋਂ ਬੱਚੇ ਬਹੁਤ, ਦੇ ਫੀਲ ਵੈਰੀ ਥ੍ਰਿਲਡ ਵੈਨ ਦੇ ਸੀ, ਦਿਸ ਕੰਡੀਸ਼ਨ ਇਜ਼ ਕਾਲਡ ਏਕੋਂਡ੍ਰੋਪਲੇਸੀਆ। ਉਹਨਾਂ ਕੇਸਿਸ ਵਿੱਚ ਹੁਣ ਲੇਟੈਸਟ ਸਟੱਡੀਜ਼ ਆਈਆਂ ਜਿਨ੍ਹਾਂ ਵਿੱਚ ਅਸੀਂ ਗਰੋਥ ਹਾਰਮੋਨ ਦਾ ਇੰਜੈਕਸ਼ਨ ਦਿੱਤੇ ਹੈ ਐਂਡ ਕੁਛ ਬੈਨੀਫਿਸ਼ੀਅਲ ਰਿਜ਼ਲਟਸ ਪਾਏ ਗਏ। ਫਿਰ ਹਾਲੇ ਕਲੀਅਰ ਰਿਕਮੈਂਡੇਸ਼ਨ ਨਹੀਂ ਆਈਆਂ ਕਿ ਜਿਹਨਾਂ ਬੱਚਿਆਂ ਵਿੱਚ ਕੌਨਸਟੀਟਿਊਸ਼ਨਲ ਰੀਜ਼ਨਸ ਹੈ ਗਰੋਥ ਹਾਰਮੋਨ ਦੇ, ਉਹਨਾਂ ਵਿੱਚ ਗਰੋਥ ਹਾਰਮੋਨ ਦਾ ਇੰਜੈਕਸ਼ਨ ਦਿੱਤਾ ਜਾਏ। ਬਿਕੋਜ਼ ਪੇਰੈਂਟਸ ਬੜੇ ਕੀਨ ਹੁੰਦੇ ਆ ਕਿ ਸਾਡੀ ਹਾਈਟ ਛੋਟੀ ਹੈ, ਵੀ ਵਾਂਟ ਕਿ ਅਵਰ ਚਾਈਲਡ ਸ਼ੁੱਡ ਬੀ ਵੈਰੀ ਟੋਲ, ਬਹੁਤ ਲੰਬੇ ਬੱਚੇ ਹੋਣ, ਤੁਸੀਂ ਇਹਨਾਂ ਨੂੰ ਜੀ ਕੋਈ ਇੰਜੈਕਸ਼ਨ ਦੇ ਸਕਦੇ ਹੋ? ਨੋ, ਇਟ ਇਜ਼ ਗਿਵਨ ਓਨਲੀ ਵੈਨ ਇਟ ਇਜ਼ ਪ੍ਰੂਵਨ ਦੈਟ ਇਟ ਇਜ਼ ਡੈਫੀਨੇਟਲੀ ਇਹਦਾ ਲੈਵਲ ਘੱਟ ਹੈ, ਤਾਂ ਹੀ ਰਿਕਮੈਂਡਡ ਹੈ, ਵੈਸੇ ਹਰ ਬੱਚੇ 'ਚ ਰਿਕਮੈਂਡਡ ਨਹੀਂ ਹੈ। ਡਾਕਟਰ ਸਾਹਿਬ, ਜੇਕਰ ਕਿਸੇ ਦਾ ਗਰੋਥ ਹਾਰਮੋਨ ਘੱਟ ਹੋਵੇ ਤਾਂ ਓਨਲੀ ਹਾਈਟ 'ਤੇ ਇਫੈਕਟ ਪੜਦਾ ਜਾਂ ਫਿਰ ਮੈਂਟਲੀ ਵੀ ਇਫੈਕਟ ਹੋ ਸਕਦਾ ਹੈ? ਮੈਂਟਲੀ ਉਹ ਬੱਚੇ ਨੋਰਮਲ ਹੁੰਦੇ, ਤੁਸੀਂ ਇਹ ਮੈਨੂੰ ਦੇਖੋ ਸਰਕਸ ਵਿੱਚ ਜਿਹੜੇ ਬੋਣੇ ਹੁੰਦੇ ਆ, ਮੈਂਟਲੀ ਦੇ ਆਰ ਮੋਰ ਸ਼ਾਰਪ ਦੈਨ ਮੋਸਟ ਆਫ ਅਸ। ਗਰੋਥ ਹਾਰਮੋਨ ਦਾ ਮੈਂ ਤੁਹਾਨੂੰ ਅੱਗੇ ਵੀ ਦੱਸਿਆ ਕਿ ਇਹਦਾ ਇਫੈਕਟ ਇਜ਼ ਓਨਲੀ ਔਨ ਫਿਜ਼ੀਕਲ ਗਰੋਥ, ਨੋਟ ਔਨ ਦਾ ਮੈਂਟਲ ਗਰੋਥ। ਮੈਂਟਲ ਗਰੋਥ ਦੇ ਹੋਰ ਬੜੇ ਕਾਰਨ, ਨੋਟ ਓਨਲੀ ਦੈਟ, ਤੁਸੀਂ ਦੇਖਿਆ ਹੋਣਾ ਬਹੁਤ ਪੂਅਰ ਫੈਮਿਲੀਜ਼ ਜਿਨ੍ਹਾਂ ਦੇ ਵਿੱਚ ਡਾਇਟ ਘੱਟ ਹੁੰਦੀ ਹੈ, ਉਹਨਾਂ ਦੇ ਵਿੱਚ ਵੀ ਹਾਈਟ ਘੱਟ ਜਾਂਦੀ ਹੈ। ਨੋਟ ਬਿਕੋਜ਼, ਹਰ ਇੱਕ ਗੱਲ ਬੜੀ ਜ਼ਰੂਰੀ ਦੇਖੋ, ਹਰ ਛੋਟੇ ਬੰਦੇ ਦਾ ਰੀਜ਼ਨ ਇਜ਼ ਨੋਟ ਓਨਲੀ ਗਰੋਥ ਹਾਰਮੋਨ ਡੈਫੀਸ਼ੀਐਂਸੀ। ਕਈ ਬੱਚਿਆਂ ਨੂੰ ਕਿਡਨੀ ਡਿਜ਼ੀਜ਼ ਹੁੰਦੀ ਹੈ, ਪੂਰੀ ਖੁਰਾਕ ਨਹੀਂ ਮਿਲਦੀ। ਅੱਜ ਦੀ ਡੇਟ ਵਿੱਚ ਹਿੰਦੁਸਤਾਨ ਦੇ ਵਿੱਚ 10-15% ਬੱਚਿਆਂ ਨੂੰ ਪ੍ਰੋਪਰ ਬੈਲੈਂਸ ਡਾਇਟ ਨਹੀਂ ਮਿਲ ਰਹੀ।
ਉਹਨਾਂ ਨੂੰ ਇੰਟਰਗ੍ਰੈਂਟ ਇਨਫੈਕਸ਼ਨ ਹੋ ਜਾਂਦੀਆਂ। ਫੋਰ ਐਗਜ਼ਾਮਪਲ, ਕਿਸੇ ਨੂੰ ਬਚਪਨ ਵਿੱਚ ਬਹੁਤ ਦੇਰ ਤੋਂ ਟੀ ਵੀ ਰਹੀ ਹੋਵੇ ਜਾਂ ਬਹੁਤ ਦੇਰ ਤੋਂ ਉਹਨੂੰ ਡਾਇਰੀਆ ਲੱਗਿਆ ਰਿਹਾ ਹੋਵੇ, ਡਾਇਰੀਆ ਵੋਮਿਟਿੰਗ ਰਿਹਾ, ਉਹਨਾਂ ਵਿੱਚ ਡੈਫੀਨੇਟਲੀ ਬੋਡੀ ਦੀ ਗਰੋਥ ਵਿਲ ਬੀ ਲੈਸ ਦੈਨ ਦੇਅਰ ਨੋਰਮਲ ਕੰਟੈਂਪਰਰੀ ਜਿਹੜੀ ਉਹਨਾਂ ਦੀ ਏਜ ਦੇ ਨੇ, ਬਿਕੋਜ਼ ਪਰ ਉਹ ਰੀਜ਼ਨ ਡਿਫਰੈਂਟ ਹੈ, ਨੋਟ ਗਰੋਥ ਹਾਰਮੋਨ ਡੈਫੀਸ਼ੀਐਂਸੀ। ਜੇਕਰ ਕਿਸੇ ਬੱਚੇ ਦੇ ਗਰੋਥ ਹਾਰਮੋਨ ਕੱਟ ਹੋਣ ਤਾਂ ਉਸਦਾ ਇਲਾਜ ਕੀ ਹੈ? ਅੱਜ ਦੀ ਡੇਟ ਵਿੱਚ ਵੀ ਆਰ ਲੱਕੀ ਕਿ ਹਿੰਦੁਸਤਾਨ ਵਿੱਚ ਗਰੋਥ ਹਾਰਮੋਨ ਅਵੇਲੇਬਲ ਹੈ। ਹਾਲੇ ਉਹਦੀ ਕੋਸਟ ਬਹੁਤ ਹੈ। ਇੱਕ ਗਰੋਥ ਹਾਰਮੋਨ ਡੈਫੀਸ਼ੀਐਂਸੀ ਪੇਸ਼ੈਂਟ ਟ੍ਰੀਟ ਕਰਨ ਲਈ ਤਾਂ ਟੋਟਲ ਕੋਸਟ ਜਿਹੜੀ ਹੈ ਇੱਕ ਲੱਖ ਤੋਂ 1.5 ਲੱਖ ਰੁਪਏ ਵਿੱਚ ਪੈਂਦੀ ਹੈ। ਬਟ ਇਹ ਬਹੁਤ ਅੱਛੀ ਗੱਲ ਹੈ, ਇਹ ਅਵੇਲੇਬਲ ਹੈ, ਕੁਛ ਲਿਮਿਟਿਡ ਕੰਡੀਸ਼ਨ ਵਿੱਚ ਇਹਨੂੰ ਯੂਜ਼ ਕੀਤਾ ਜਾ ਰਿਹਾ ਵਿਦ ਗੁੱਡ ਰਿਜ਼ਲਟਸ। ਡਾਕਟਰ ਸਾਹਿਬ, ਤੁਸੀਂ ਸਾਨੂੰ ਗਰੋਥ ਹਾਰਮੋਨ ਬਾਰੇ ਇੰਨੀ ਜ਼ਰੂਰੀ ਜਾਣਕਾਰੀ ਦਿੱਤੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਥੈਂਕ ਯੂ।